ਐਤਵਾਰ ਦਾ ਸਮਾਨ ਸਿਸਟਮ ਸਾਰਾ ਇੱਧਰ ਲਵਾ ਕੇ ਲਿਆਉਣਾ, ਸੇਮ ਟੂ ਸੇਮ ਜੋ ਵੀ ਲੱਗਾ ਹੈ, ਡਬਲ ਸਬਵੂਫਰ ਨਾਲ ਚਾਰ ਸਪੀਕਰ ਆ, ਇੱਥੇ ਅੱਜ ਲਵਾ ਕੇ ਲਿਆਵਾਂਗੇ। ਛਤਰੀ ਕੱਲ੍ਹ ਇੱਕ ਨਾਲ ਲਵਾ ਲਿਆਂਦੀ ਸੀ, ਉਹਦੇ 'ਤੇ ਪਹਿਲੇ ਲਵਾ ਕੇ ਲਿਆਂਦਾ, ਅਤੇ ਟਾਇਰ ਟੂਰ ਪਵਾਏ ਸੀ, ਦੇਖ ਲਓ ਸੱਠ ਮਾਡਲ ਛਤਰੀ ਲਵਾ ਕੇ ਲਿਆਂਦੀ ਸੀਗੀ, ਅਤੇ ਸਿਸਟਮ ਰਹਿ ਗਿਆ ਜਿੱਥੇ ਪਹਿਲਾਂ ਵੀ ਲੱਗਾ ਸੀ, ਉਹ ਥੋੜ੍ਹਾ ਛੋਟਾ ਸੀ, ਉੱਥੇ ਸਿੱਟਿਆ ਹੋਇਆ ਜਿੱਥੋਂ ਲਵਾਉਣਾ ਆ, ਅਤੇ ਇਹਨਾਂ 'ਚੋਂ ਲਵਾ ਕੇ ਲਿਆਉਣਾ, ਦੇਖ ਲਓ ਬਾਕੀ ਉੱਥੇ ਸ਼ੋਪ ਤੋਂ ਲਗਾ ਦੇਵਾਂਗੇ। ਹਾਂਜੀ, ਕਿਵੇਂ ਸਾਰੇ, ਮੇਰੇ ਕੋਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਬਲੌਗ ਦੇ ਚੈਨਲ, ਅਤੇ ਅੱਜ ਲਵਾ ਕੇ ਲਿਆਉਣਾ ਹੈ ਟਰੈਕਟਰ ਦੇ ਸਿਸਟਮ ਜਿਹਾ, ਤੋ ਜੋ ਕਿ ਤੁਹਾਨੂੰ ਮੈਂ ਦੱਸ ਦਿੱਤਾ ਹੈ ਕਿਵੇਂ ਤਾਂ ਲਵਾ ਕੇ ਲਿਆਉਣਾ, ਕਿਹੜੀ ਕਿਹੜੀ ਕੰਪਨੀ ਦਾ ਲਵਾ ਕੇ ਲਿਆਉਣਾ, ਕਿਹੜੀ ਚੀਜ਼ ਲਵਾ ਕੇ ਲਿਆਉਣੀ ਆ, ਉਹ ਸਾਰਾ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਦੇਖ ਲਾ, ਅਤੇ ਬਾਕੀ ਸ਼ੋਰੂਮ ਤੋਂ ਲੈ ਕੇ ਲਾਸਟ ਤੱਕ ਸਾਰਾ ਬਲੌਗ ਦੇਖਿਓ, ਅਤੇ ਚਲੋ ਜੀ। ਕਿੰਨਾ ਟਾਈਮ ਲੱਗਦਾ ਰਾਤ, ਕੱਲ ਰਾਤੀ ਕਿੰਨਾ ਟਾਈਮ ਹੋ ਜਾਂਦਾ? ਮੈਂ ਪੰਮ ਕਿੱਥੇ ਵਿਹਲਾ ਸੀ, ਪੰਮ ਤਾਂ ਉਹਦੀ ਮੰਜੀ ਗੱਸਣ ਲੱਗਾ ਸੀ ਭਰਾਵਾ। ਮੈਂ ਛਤਰੀਆਂ ਰੰਗ ਕਰਕੇ ਗਿਆ ਰਾਤੀ, ਆ ਛਤਰੀਆਂ ਰੰਗ ਕਰਕੇ ਗਿਆ ਰਾਤੀ। ਕਿੰਨੇ ਵਜੇ? 12 ਵਜੇ। ਸਾਨੂੰ ਵੀ 12 ਵਜੇ ਤੋੜਨਾ ਸੀ ਭਰਾਵਾ, ਪੰਮ ਨੇ ਕਰ ਦੇਣਾ ਸੀ। ਉਹ ਛਤਰੀ ਲਾਈ ਕਿੰਨੇ ਵਜੇ ਉਹਨਾਂ ਦੀ? ਉਹ ਤਾਂ ਸਵੇਰ ਤੋਰ ਦਿੱਤੇ ਜਦ ਤੁਸੀਂ ਗਏ ਛਤਰੀ ਰੰਗ। ਗਿੱਲੀ ਗਿੱਲੀ ਕਿੱਦਾਂ ਤੇਰੇ ਟੈਂਕੀ ਹੋ ਗਿਆ ਹੋਵੇ ਨਾ ਤੰਗ ਦੇ, ਉਹ ਰਾਹ ਜੇ ਕਰ ਗਿਆ ਹੁਣ ਉਹਦਾ ਕੰਮ ਦਰਾਕਤਾ ਦਰੂਕਤਾ ਦੇ, ਇੰਨਾ ਕਰਵਾ ਕੇ ਅਸੀਂ ਤਾਂ ਚਲ ਗਏ ਸੀਗੇ। ਬਾਕੀ ਲਵਾਵਾਂਗੇ ਅੱਜ, ਸਾਢੇ 7 ਹੋ ਗਏ ਆ ਬਸ, ਹੁਣ ਕਿੰਨੇ ਵਜੇ ਉੱਦਾਂ ਕਿੰਨੇ ਵਜੇ ਖੋਲਦੇ ਆ? ਚੱਲ ਹਲੇ ਠਹਿਰ ਕੇ ਆਊਗਾ ਜੇ ਕੋ ਆਉਣੇ ਵਾਲਾ ਆਊਗਾ। ਬਸ ਠੀਕ ਆ, ਮੇਰਾ ਤਾਂ ਹੋਜੂ ਅੱਜ ਕੰਮ। ਹਾਂ ਅੱਛਾ, ਥੱਲੇ 2-3 ਪਈਆਂ ਸੀ, ਮੈਂ ਉਹਦਾ ਕੰਮ ਸਾਰਿਆ ਸੀ, ਅਗਲੇ ਦਿਨ ਗੱਡੀ ਮੰਗਾਈ ਛਤਰੀਆਂ ਦੀ। ਟ੍ਰੈਂਡ ਜਿਹਾ ਚੱਲ ਗਿਆ ਹੁਣ, ਸਾਰੇ ਹੀ ਲਵਾਉਂਦੇ ਹੀ ਆ ਤੁਹਾਡੇ ਕੋਲ ਛਤਰੀ ਲੈਣ ਭੇਜਿਆ ਕਰੀ ਮੈਂ ਛਤਰੀ ਲੈ ਕੇ ਭੇਜ ਪਹਿਲਾਂ ਆ ਲੱਗੀ ਸੀਗੀ ਪੇਟੀ, ਇਹਦੇ ਤੇ ਛੋਟੀ ਸੀਗੀ ਸਿੰਗਲ ਸਬ ਉੱਪਰ ਪੈਪ ਦੇ ਨਾਲ ਲੱਗੀ। ਆਹ ਸਾਰਾ ਸਟੋਰ ਆ ਇਹਨਾਂ ਦਾ ਦੇਖ ਲਓ, ਖਲਾਰਾ ਖਲੂਰਾ ਪੂਰਾ ਪਾ ਕੇ ਰੱਖ ਰਿਹਾ।
ਕੰਪਲੀਟ ਨਹੀਂ ਹੋ ਸਕੀ ਸੀ ਤਾਂ ਕਰਕੇ ਮੈਂ ਹੁਣ ਵੀਡੀਓ ਬਣਾ ਰਿਹਾ। ਰਾਤੀ ਸਾਨੂੰ ਹਨੇਰਾ ਹੋ ਗਿਆ ਸੀ ਘਰੇ ਆਉਂਦੇ ਹੋਏ ਅਤੇ ਮੈਂ ਤੁਹਾਨੂੰ ਦਿਖਾ ਦੇਵਾਂ ਸੀ ਕਿ ਕੀ ਚੇਂਜ ਕਰਾਇਆ ਇਹਦਾ। ਅਸੀਂ ਪਹਿਲਾਂ ਫਿਲਟਰ ਬੜਾ ਲਾ ਕੇ ਏਅਰ ਫਿਲਟਰ ਜਿਹੜਾ ਹੁੰਦਾ ਉਹ ਛੋਟਾ ਪਾ ਦਿੱਤਾ ਅਤੇ ਇਹਦਾ ਸਲਾਂਸਰ ਵੀ ਚੇਂਜ ਕਰ ਦਿੱਤਾ, ਜਾਲੀ ਵਾਲਾ ਪਾ ਦਿੱਤਾ ਇਹਨੂੰ ਨਵੇਂ ਮਾਡਲ ਦਾ। ਇਹਦਾ ਅਸੀਂ ਹੈਂਡਲ ਇੱਕ ਚੇਂਜ ਕੀਤਾ ਬੜਾ ਲਾ ਕੇ ਕੰਪਨੀ ਵਾਲਾ ਪੁਰਾਣਾ, ਅਤੇ ਹੁਣ ਨਵਾਂ ਮਾਡਲ ਜਿਹੜਾ ਹੁੰਦਾ ਉਹ ਪਾ ਦਿੱਤਾ ਸੋਨਾ ਲਿਖਾ ਦਾ। ਅਤੇ ਬਾਕੀ ਜੋ ਉੱਤੇ ਅਸੀਂ ਲਵਾਇਆ ਉਹ ਮੈਂ ਤੁਹਾਨੂੰ ਦੱਸਦਾ ਹਾਂ ਕੀ ਲਵਾਇਆ। ਹਾਂਜੀ, ਇੱਥੇ ਅਸੀਂ ਚਾਰ ਸਪੀਕਰ ਲਵਾਇਆ, ਦੋ ਪਾਇਨੀਅਰ ਦੇ ਸਾਡੇ ਤੋਂ ਪਹਿਲਾਂ ਹੀ ਸੀ ਅਤੇ ਦੋ ਅਸੀਂ ਨਵੇਂ ਲਵਾਏ ਆ। ਇੰਟਰਫੇਅਰ ਦੀ ਮੋਨੋ ਅਤੇ ਫੋਰ ਅਤੇ ਮੋਨੋ ਅਸੀਂ ਇੰਟਰਫੇਅਰ ਦੀ ਲਵਾਈ ਆ। ਦੋ ਤੋਂ ਬੂਫਰ ਸਾਡੇ ਤੋਂ ਹੈਗੇ ਸੀ ਸੋਨੀ ਦੇ, ਅਸੀਂ ਉਹ ਲਾਏ ਆ ਅਤੇ ਬਾਅਦ 'ਚ ਅਸੀਂ ਇਹ ਵੀ ਚੇਂਜ ਕਰ ਦੇਣੇ ਆ ਹੌਲੀ ਹੌਲੀ। ਅਤੇ ਪਿੱਛੇ ਤੁਸੀਂ ਦੇਖ ਸਕਦੇ ਆ ਨੈੱਟਾਂ ਲਾਈਆਂ ਤੋਂ ਵਾਈਟ, ਇੱਧਰ ਵੀ ਆ ਇੱਧਰ ਵੀ ਆ ਪਿੱਛੇ ਨੂੰ, ਅਤੇ ਹੈਂਡਲ ਤੁਸੀਂ ਦੇਖ ਹੀ ਰਹੇ ਆ ਚੇਂਜ ਕਰ ਦਿੱਤਾ। ਅਤੇ ਆਹ ਅਸੀਂ ਸੋਚ ਲਾਏ ਆ ਜਲਾਉਣ ਲਈ ਲਾਈਟਾਂ ਵਗੈਰਾ ਸਿਸਟਮ ਦਾ, ਇੰਟਰਫੇਅਰ ਦੀ ਮੋਨੋ ਆ ਅਤੇ ਇੱਧਰ ਫੋਰ ਚੈਨਲ ਐਪਲ ਆ ਥੱਲੇ ਬੂਫਰ ਦੋ, ਅਤੇ ਕੰਪਲੀਟ ਇੱਦਾਂ ਤਿਆਰ ਹੋ ਗਿਆ। ਅਤੇ ਇਹਦੇ 'ਤੇ ਵੀ ਇੱਦਾਂ ਹੀ ਆ, ਡਬਲ ਬੂਫਰ ਲੱਗੇ ਹੋ ਆ, ਪਿੱਛੇ ਲਾਈਟਾਂ ਲੱਗੀਆਂ ਆ, ਪੂਰੇ ਉਹੀ ਸੀ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ।